ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਗੁਰਮੀਤ ਕੌਰ ਜਵੰਦਾ ਪਟਿਕ ਤੇ ਤੁਹਾਡਾ ਸਵਾਗਤ ਹੈ ਹੋ ਸਨੌਜੀ ਕਿਵੇਂ ਹੋ ਸਾਰੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਹੋਰ ਸੋਹਣੇ ਸੋਹਣੇ ਸੂਟ ਤੇ ਅੱਜ ਵਾਲੇ ਸੂਟ ਨੇ ਜਿਹੜੇ ਕਾਟਨ ਦੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਉਣਗੇ ਤੁਹਾਡੀ ਰਿਕੁਐਸਟ ਹੁੰਦੀ ਆ ਜੀ ਪਲੀਜ਼ ਕਾਟਨ ਦੇ ਪਲੀਜ਼ ਕਾਟਨ ਦੇ ਸੂਟ ਉੰਜ ਮੈਂ ਕਾਫੀ ਬਾਰ ਕਾਟਨ ਦੇ ਸੂਟਾਂ ਦੀ ਵੀਡੀਓ ਬਣਾ ਚੁੱਕੀ ਆ ਪ੍ਰਿੰਟਡ ਸੂਟਾਂ ਦੀ ਅਲੱਗ ਬਣਾ ਚੁੱਕੀ ਆ ਮਸਲੀਨ ਦੇ ਸੂਟਾਂ ਦੀ ਤੁਸੀਂ ਪਲੀਜ਼ ਦੇਖ ਲਿਓ ਜਾ ਕੇ ਤੁਹਾਨੂੰ ਮਿਲ ਜਾਣੀਆਂ ਵੀਡੀਓ ਆਪਣਾ ਚੈਨਲ ਖੋਲ ਲਿਓ ਹਨਾ ਜੇ ਤੁਸੀਂ ਫੇਸਬੁੱਕ ਪੇਜ ਤੋਂ ਵੇਖਦੇ ਹੋ ਤਾਂ ਫੇਸਬੁੱਕ ਪੇਜ ਖੋਲ ਲਿਓ ਉੱਥੇ ਵੀਡੀਓ ਵਾਲਾ ਆਪਸ਼ਨ ਜੀ ਤੁਸੀਂ ਉਹ ਕਰੋਗੇ ਉੱਥੇ ਲਿਖਿਆ ਰਹੇ ਨੇ ਕਾਟਨ ਦੇ ਸੂਟ ਗਰਮੀ ਵਾਲੇ ਸੂਟ ਪ੍ਰਿੰਟਡ ਸੂਟ ਜਿਹੜੀ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਨਾ ਜਿਸ ਤਰ੍ਹਾਂ ਉੱਥੇ ਲਿਖਿਆ ਹੁੰਦਾ ਪਾਰਟੀ ਵਿਆਹ ਸੂਟ ਹਰ ਤਰ੍ਹਾਂ ਉੱਥੇ ਮੇਰਾ ਰਾਈਟਲ ਟਾਈਟਲ ਲਿਖਿਆ ਹੁੰਦਾਗਾ ਤੁਸੀਂ ਆਪਣੇ ਉਹ ਪ੍ਰਿੰਟਡ ਸੂਟਾਂ ਦੀ ਮੈਂ ਕਾਫੀ ਵਾਰ ਵੀਡੀਓ ਬਣਾ ਚੁੱਕੀ ਹਾਂ ਤੇ ਇੱਧਰ ਮੇਰੇ ਕੋਲ ਬਹੁਤ ਸਾਰੇ ਪ੍ਰਿੰਟਡ ਸੂਟ ਪਏ ਨੇ ਵਾਰ-ਵਾਰ ਉਹਨਾਂ ਦੀ ਵੀਡੀਓ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਕਿਉਂਕਿ ਫਿਰ ਮੈਂ ਕਾਫੀ ਵੀਡੀਓ ਬਣਾਉਣੀ ਹੁੰਦੀ ਰਹਿੰਦੀ ਕਸਟਮਰ ਦੇ ਹਨਾ ਰੋਜ਼ੇ ਰੋਜ਼ੇ ਪਾਰਸਲ ਜਾਂਦੇ ਨੇ ਉਹਨਾਂ ਦੀ ਵੀਡੀਓ ਕਢਾਈਆਂ ਵੀ ਤੁਹਾਨੂੰ ਦਿਖਾਉਣੀਆਂ ਹੁੰਦੀਆਂ ਨੇ ਇਸ ਕਰਕੇ ਤੁਸੀਂ ਵੀ ਪਲੀਜ਼ ਇਸ ਗੱਲ ਨੂੰ ਸਮਝਿਓ ਪਰ ਅੱਜ ਆਪਾਂ ਕਾਟਨ ਦੇ ਸੂਟਾਂ ਦੀ ਵੀਡੀਓ ਦਿਖਾਉਣਾ ਤੁਹਾਨੂੰ ਠੀਕ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਦੇਖ ਰਹੇ ਹੋ ਜ YouTube ਚੈਨਲ ਤੋਂ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਸ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਦੇਖਦੇ ਹੋ Facebook ਪੇਜ ਤੋਂ ਜੇ ਅਜੇ ਤੱਕ ਪੇਜ ਨੂੰ ਵੀ ਨਹੀਂ ਫੋਲੋ ਕਰਿਆ ਤਾਂ ਫੋਲੋ ਜਰੂਰ ਕਰ ਲਿਓ ਜੇ ਸੂਟ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਓ ਠੀਕ ਹੈ ਜੇ ਸੂਟ ਵਧੀਆ ਲੱਗੇ ਠੀਕ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਆ ਤੇ ਇਹ ਸੂਟ ਨਾ ਮੈਂ ਜਿਹੜਾ ਆਪਣਾ ਉਹ ਹੈਗਾ ਬਲੌਗ ਵਾਲਾ ਚੈਨਲ ਹੈ ਪਿੰਡ ਪੰਜਾਬ ਦੇ ਚੈਨਲ ਤੇ ਦਿਖਾਇਆ ਸੀ ਕਾਫੀ ਕਸਟਮਰ ਕਹਿੰਦੇਖੋ ਇਹਦੇ ਨਾਲ ਦੇ ਕਾਫੀ ਸੂਟ ਨੇ ਤੇ ਇਹ ਥੋੜੇ ਜਿਹਾ ਕੋਸਟਲੀ ਪੈ ਜਾਂਦਾ ਜੀ ਹਿੰਦੀ ਵਾਲਾ ਕਸਟਮਰ ਜਲਦੀ ਹੱਥ ਨਹੀਂ ਪਾਉਂਦਾ ਪਰ ਸੂਟ ਹੈ ਜਿਹੜਾ ਤੁਹਾਨੂੰ ਆਪੇ ਹੀ ਦੇਖੇ ਤੂੰ ਪਤਾ ਲੱਗ ਜਾਊਗਾ ਹਨਾ ਵੀ ਕਿਸ ਤਰ੍ਹਾਂ ਦਾ ਹੈਗਾ ਪਿਓ ਰਾਮ ਟੈਕਸ ਦਾ ਸੂਟ ਹੈ ਡਿਜ਼ਾਈਨਰ ਸੂਟ ਹੈ ਇਹ ਕਿਸ ਤਰ੍ਹਾਂ ਦਾ ਆਪਾਂ ਦਿਖਾਉਣੇ ਤੁਹਾਨੂੰ ਤੇ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਵਗੈਰਾ ਤੁਹਾਨੂੰ ਮਿਲ ਜਾਣਗੇ ਤੇ ਮੈਂ ਇੱਥੇ ਕੋਸ਼ਿਸ਼ ਕਰੂੰਗੀ ਇੱਧਰ ਫੋਟੋਆਂ ਸ਼ੋਅ ਕਰਦਾ ਜਿਹੜੇ ਵੀ ਹੋਣਗੇ ਠੀਕ ਹੈ ਇਹ ਤੇ ਫੋਰਟਨ ਸ਼ੋ ਹੋਈ ਜਾਣੀ ਹੈ ਜੀ ਇਸ ਇੱਕੋ ਹੀ ਰੇਟ ਦਾ ਸੂਟ ਹੈ ਇਹ ਇੱਕੋ ਹੀ ਰੇਟ ਹੈ ਇਹਨਾਂ ਦਾ ਤੇ ਪਰ ਸੂਟ ਇਹ ਬਹੁਤ ਜਿਆਦਾ ਸੋਹਣਾ ਹੈਗਾ ਇੱਕ ਦਿਨ ਮੈਂ ਮਾੜਾ ਜਿਹਾ ਉਹਦੇ ਵਿੱਚ ਬਲੌਗ ਦੇ ਵਿੱਚ ਦਿਖਾਇਆ ਸੀ ਮੇਰੇ ਨਹੀਂ ਜਿਆਦਾ ਪੰਜਾਬੀ ਕੋਰਨਰ ਤੇ ਨਹੀਂ ਦਿਖਾਇਆ ਸ਼ਾਇਦ ਬਲੌਗ 'ਚ ਹੀ ਦਿਖਾਇਆ ਸੀ ਉਸ ਤੋਂ ਬਾਅਦ ਮੈਨੂੰ ਇਹਦੇ ਕਈ ਆਰਡਰ ਆ ਗਏ ਸੀ ਵੀ ਸਾਨੂੰ ਇਹਦੇ ਨਾਲ ਦਾ ਸੂਟ ਦੇ ਦਿਓ ਇਹ ਦੇਖੋ ਇਹ ਸਭ ਤੋਂ ਪਹਿਲਾਂ ਆਪਣਾ ਘੇਰ ਆਊਗਾ ਘੇਰ ਦੇ ਉੱਪਰ ਕਿਸ ਤਰ੍ਹਾਂ ਦਾ ਕੰਮ ਕਰਿਆ ਹੋਇਆ ਡਿਜ਼ਾਈਨਰ ਸੂਟ ਹੈ ਜੀ ਸਪੈਸ਼ਲ ਤੇ ਇਹ ਹੈਗਾ ਹਨਾ ਇਸ ਤਰ੍ਹਾਂ ਆਪਣੀ ਇਹ ਪੱਟੀ ਆ ਗਈ ਠੀਕ ਹੈ ਏ ਆ ਗਿਆ ਜੀ ਇਹਦੇ ਘੇਰ ਦਾ ਕੰਮ ਠੀਕ ਹੈ ਘੇਰ ਦੇ ਇੱਥੋਂ ਨਾ ਪਿੰਟੈਕਸ ਪਾਈ ਹੋਏ ਨੇ ਡਿਜ਼ਾਈਨਰ ਸੂਟ ਬਣਾਇਆ ਪਿੰਟੈਕਸ ਪਾਏ ਨੇ ਤੇ ਫਿਰ ਫਿਰ ਉਸ ਤੋਂ ਬਾਅਦ ਕਪੜਾ ਲਾ ਕੇ ਪਿੰਟੈਕਸ ਪਾਏ ਨੇ ਫਿਰ ਇਹ ਵਾਲਾ ਡਿਜ਼ਾਈਨ ਆ ਗਿਆ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਆ ਗਿਆ ਪਿੰਟੈਕਸ ਉਸ ਤੋਂ ਬਾਅਦ ਆ ਗਿਆ ਜੀ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਇਹ ਅਲੱਗ ਤਰ੍ਹਾਂ ਦਾ ਫੈਬਰਿਕ ਲੱਗਿਆ ਹੋਇਆ ਤੇ ਇੱਥੇ ਪਿੰਟੈਕਸ ਪਾਏ ਨੇ ਇਧਰ ਅਲੱਗ ਤਰ੍ਹਾਂ ਦਾ ਫੈਬਰਿਕ ਹੈ ਕਾਫੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਬੈਕ ਸਾਈਡ ਤੋਂ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਜਿਹੜਾ ਕੰਮ ਹੈ ਉਹ ਸਾਫ਼ ਨਹੀਂ ਹੈਗਾ ਬਿਲਕੁਲ ਸਾਫ਼ ਕੰਮ ਮਿਲ ਬਿਲਕੁਲ ਪ्योर ਰਾਮ ਟੈਕਸ ਦਾ ਹੈਗਾ ਤੇ ਇਹ ਤਾਂ ਹੋ ਗਈ ਜੀ ਆਪਣੀ ਸ਼ਰਟ ਦੀ ਗੱਲ ਠੀਕ ਹੈ ਇਹ ਸ਼ਰਟ ਦਾ ਫਰੰਟ ਆ ਗਿਆ ਤੇ ਇਹ ਆ ਗਿਆ ਜੀ ਸ਼ਰਟ ਦਾ ਬੈਕ ਬੈਕ ਤੋਂ ਇਸ ਤਰ੍ਹਾਂ ਦੀ ਸ਼ਰਟ ਹੈਗੀ ਲਾਈਨਿੰਗ ਵਾਲੀ ਤੇ ਸਲਵਾਰ ਇਹਦੇ ਨਾਲ ਹੈਗੀ ਲੀਲਨ ਦੀ ਤੇ ਜਿਹੜੀ ਲੀਲਨ ਦੀ ਸਲਵਾਰ ਹੈ ਵੀ ਉਹ ਵੀ ਰਾਮ ਟੈਕਸ ਦੀ ਹੈ ਉਹਦੇ ਵਿੱਚ ਵੀ ਕੋਈ ਡੁਪਲੀਕੇਟ ਨਹੀਂ ਹੈਗਾ ਕਰੀਮ ਕਲਰ ਦੀ ਇਹਦੀ ਸਲਵਾਰ ਹੈ ਤੇ ਕਰੀਮ ਕਲਰ ਦੀ ਇਹ ਇਸ ਤਰ੍ਹਾਂ ਦੀ ਇਹ ਸਲਵਾਰ ਹੈ ਡਿਜ਼ਾਈਨਰ ਪੀਸ ਹੈ ਇਹ ਤੇ ਨਾਲ ਹੈਗਾ ਜੀ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਦੇਖੋ ਅੰਦਰਲੀ ਸਾਈਡ ਤੋਂ ਉਹ ਵਾਲਾ ਸਾਰਾ ਪ੍ਰਿੰਟ ਹੈਗਾ ਜਿਹੜਾ ਆਪਾਂ ਸੂਟ ਦੇ ਸੈਂਟਰ ਦੇ ਵਿੱਚ ਲੱਗਿਆ ਹੋਇਆ ਤੇ ਫੋਰ ਸਾਈਡ ਉਹ ਵਾਲਾ ਪ੍ਰਿੰਟਿੰਗ ਹੈ ਸਾਰੀ ਜੋ ਕਮੀਜ਼ ਦੇ ਆਲੇ ਦੁਆਲੇ ਹੈ ਠੀਕ ਹੈ ਤੇ ਇਸ ਤਰ੍ਹਾਂ ਨਾਲ ਦੁਪੱਟੇ ਨੂੰ ਕਾਟਨ ਦੀ ਲੇਸ ਦਿੱਤੀ ਹੋਈ ਹੈ ਮਸਲੀਨ ਦਾ ਦੁਪੱਟਾ ਤੁਸੀਂ ਕਿਸੇ ਵੀ ਦੁੱਖ ਸੁੱਖ ਚ ਪਾਉਣਾ ਇਹਦੇ ਵਿੱਚ ਰੰਗ ਬਹੁਤ ਜ਼ਿਆਦਾ ਬ੍ਰਾਈਟ ਕਲਰ ਨਹੀਂ ਆਉਂਦੇ ਇੱਥੇ ਫੋਟੋਆਂ ਤੁਹਾਨੂੰ ਸ਼ੋ ਸ਼ੋ ਹੋ ਰਹੀਆਂ ਹੋਣੀਆਂ ਤੇ ਇਹਦੇ ਜਿਵੇਂ ਤੁਸੀਂ ਦੁੱਖ ਸੁੱਖ ਚ ਪਾਉਣਾ ਜੀ ਗੁਰਦੁਆਰਾ ਸਾਹਿਬ ਜਾਉਣਾ ਸੌਬਰ ਕਲਰ ਨੇ ਇਹ ਪਾਈ ਹੋਈ ਲੱਗਦਾ ਵੀ ਹਾਂ ਕੋਈ ਚੀਜ਼ ਪਾਈ ਆ ਸੋਹਣੇ ਲੱਗਦੇ ਨੇ ਠੀਕ ਹੈ ਇਹ ਦੇਖੋ ਤੁਸੀਂ ਇਸ ਤਰ੍ਹਾਂ ਦੇ ਇਹ ਸੂਟ ਨੇ ਬਾਕੀ ਤੁਸੀਂ ਜਰੂਰ ਦੱਸਿਓ ਜੀ ਮੈਸੇਜ ਕਰਕੇ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਦੇ ਨਾਲ ਜਿਹੜੀਆਂ ਵੀ ਫੋਟੋ ਆਈਆਂ ਨੇ ਤੁਸੀਂ ਉਹਨਾਂ ਚੋਂ ਕੋਈ ਵੀ ਪਸੰਦ ਕਰ ਸਕਦੇ ਹੋ ਇਹ ਹੋ ਗਈ ਪ੍ਰਿੰਟਡ ਇਹ ਮੈਂ ਤੁਹਾਨੂੰ ਪਹਿਲਾਂ ਦਿਖਾਈ ਚੁੱਕੀਆਂ ਇਹਦੇ ਨਾਲ ਦੇ ਕਾਫੀ ਜ਼ਿਆਦਾ ਡਿਜ਼ਾਈਨ ਅਸੀਂ ਬਣਾ ਕੇ ਵੀ ਦੇ ਚੁੱਕੇ ਹਾਂ ਤੇ ਸਾਰੇ ਇਹਦੇ ਪ੍ਰਿੰਟ ਮੈਂ ਦਿਖਾ ਚੁੱਕੀਆਂ ਇਹ ਵੀ ਇਹ ਲੀਲਨ ਦਾ ਸੂਟ ਹੈ ਜੀ ਇਹ ਵੀ ਜਿਹੜੀ ਲੀਲਨ ਹੈਗੀ ਰਾਮ ਟੈਕਸ ਦੀ ਹੈਗੀ ਠੀਕ ਹੈ ਵਧੀਆ ਵਾਲੀ ਲੀਲਨ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਇਹ ਸਲਵਾਰ ਲੱਗੀ ਹੋਈ ਹੈ ਨਾਲ ਪਲੇਨ ਤੇ ਇਹ ਵਾਲਾ ਪ੍ਰਿੰਟ ਕਾਫੀ ਜ਼ਿਆਦਾ ਸੋਹਣਾ ਹੈ ਵੀ ਇਸ ਤਰ੍ਹਾਂ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਇਹਦਾ ਪ੍ਰਾਈਸ ਇੱਥੇ ਸ਼ੋ ਹੋ ਗਿਆ ਹੋਊ ਤੁਹਾਨੂੰ ਤੇ ਇਹ ਹੈਗਾ ਜੀ ਆਪਣਾ ਕੜਾਈ ਵਾਲਾ ਸੂਟ ਹੈ ਪ੍ਰਿੰਟ ਹੈ ਆਪਾਂ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਦਾ ਇਹ ਤੁਸੀਂ ਮੇਰੇ ਪਾਇਆ ਦੇਖਿਆ ਕਾਫੀ ਵਾਰ ਜਦੋਂ ਵੱਡ ਕੇ ਆਉਂਦਾ ਆਪਾਂ ਫੇਰ ਦਿਖਾਵਾਂ ਇਹਦੇ ਵਿੱਚ ਨਾ ਇਹ ਦੋ ਤਰ੍ਹਾਂ ਦਾ ਸੂਟ ਹੈਗਾ ਜੇ ਤੁਸੀਂ ਪੁੱਛਦੇ ਹੋ ਨਾ ਪ੍ਰਾਈਸ ਜੇ ਭੈਣ ਬਣ ਕੇ ਤੁਸੀਂ ਕਰਾਉਣਾ ਹੁੰਦਾ ਹਨਾ ਪ੍ਰਾਈਸ ਪੁੱਛਣਾ ਆਉਣੀਓਗੇ ਤਾਂ ਤੁਸੀਂ ਚੰਗੀ ਤਰ੍ਹਾਂ ਮੈਸੇਜ ਕਰਕੇ ਪੁੱਛਿਆ ਕਰੋ ਹਨਾ ਘੇਰ ਦਾ ਤੇ ਚਾਕਾਂ ਦਾ ਕੰਮ ਆ ਗਿਆ ਠੀਕ ਹੈ ਤੇ ਇਹ ਆ ਗਿਆ ਜੀ neck ਦਾ ਕੰਮ ਇੱਥੇ ਫੋਟੋ ਮਿਲ ਜੂਗੀ ਤੁਹਾਨੂੰ ਇਹ ਆਪਾਂ ਗ੍ਰੇ ਕਾਟਨ ਤੇ ਬਣਾਇਆ ਹੋਇਆ ਇਹ ਕੰਮ ਆ ਗਿਆ ਜੀ ਇਹਦੇ ਬੈਕ ਦਾ ਉਨੇ ਇੱਥੇ ਤੁਹਾਡੀ ਮਰਜ਼ੀ ਹੈ ਤੁਸੀਂ ਬੈਕ ਨੂੰ ਸਕਿੱਪ ਵੀ ਕਰਵਾ ਸਕਦੇ ਹੋ ਜੇ ਤੁਸੀਂ ਬੈਕ ਸਕਿੱਪ ਕਰਵਾਉਂਗੇ ਸੂਟ ਦਾ ਰੇਟ ਆਟੋਮੈਟਿਕਲੀ ਘਟ ਜੂਗਾ ਆਪਣੇ ਆਪ ਸੂਟ ਦਾ ਰੇਟ ਘਟ ਜੂਗਾ ਠੀਕ ਹੈ ਜੀ ਤੇ ਇਹ ਹੈਗਾ ਜੀ ਆਪਣੇ ਬਾਹਾਂ ਦਾ ਕੰਮ ਇਹ ਬਾਹਾਂ ਦਾ ਕੰਮ ਹੈ ਤੇ ਬਾਕੀ ਸਲਵਾਰ ਦਾ ਕੰਮ ਨਹੀਂ ਹੈਗਾ ਦਾ ਇਹ ਬਾਹਾਂ ਦਾ ਕੰਮ ਆ ਗਿਆ ਨਾਲ ਠੀਕ ਹੈ neck ਦਾ ਕੰਮ ਬਾਹਾਂ ਦਾ ਕੰਮ ਤੇ back ਤੇ ਕੰਮ ਇਹ ਪਹਿਲਾ ਸੂਟ ਹੋ ਗਿਆ ਜੀ ਕਾਟਨ ਦਾ ਦੂਜਾ ਸੂਟ ਦਿਖਾਉਣਾ ਤੁਹਾਨੂੰ ਕਾਟਨ ਦਾ ਵੀ ਬਹੁਤ ਜਿਆਦਾ ਸੋਹਣਾ ਇਹ ਵੀ ਦੇਖੋ ਲਓਗੇ ਤੁਸੀਂ ਸੂਟ ਜਦੋਂ ਪਹਿਲਾਂ ਤਾਂ ਕਲਰ ਦੇਖੋ ਤੁਸੀਂ ਮਹਿੰਦੀ ਪਿਸਤਾ ਕਲਰ ਹੈ ਇਹਨੂੰ ਬਿਲਕੁਲ ਆਪਾਂ ਮਹਿੰਦੀ ਨਹੀਂ ਕਹਿ ਸਕਦੇ ਪਿਸਤਾ ਜਿਹਾ ਸ਼ੇਡ ਹੈ ਇਹ ਹੈਗਾ ਜੀ ਇਹਦੇ ਨੱਕ ਨੈਕ ਦਾ ਕੰਮ ਹੈ ਇਹ ਉਸ ਤੋਂ ਬਾਅਦ ਇੱਧਰ ਸੈਂਟਰ ਦੇ ਵਿੱਚ ਆ ਜਾਊਗਾ ਇਹਨੂੰ ਮਸ਼ੀਨ ਨੂੰ ਤੇ ਆਪਾਂ ਹੈਂਡ ਟੱਚ ਕਰਕੇ ਇਹ ਸੂਟ ਬਣਾਇਆ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਵੀ ਹੈਂਡ ਟੱਚ ਕਿਸ ਤਰ੍ਹਾਂ ਕੀਤਾ ਇਹ ਆਪਣੇ ਘੇਰ ਦਾ ਕੰਮ ਆ ਗਿਆ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪਾਇਆ ਹੋਇਆ ਵੀ ਤੁਹਾਡੇ ਬਹੁਤ ਜਿਆਦਾ ਸੋਹਣਾ ਲੱਗੂਗਾ ਕਾਟਨ ਦਾ ਸੂਟ ਹੈ ਵੀ ਬਾਹਾਂ ਦੇ ਉੱਪਰ ਵੀ ਸੇਮ ਵਰਕ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਪਹਿਲਾਂ ਦਾ ਦੁਪੱਟਾ ਦਿਖਾ ਦਈਏ ਆਪਾਂ ਤੁਹਾਨੂੰ ਠੀਕ ਹੈ ਜੀ ਇਹ ਹੈਗਾ ਜੀ ਇਹਦਾ ਸਪੈਸ਼ਲ ਦੁਪੱਟਾ ਇਹ ਤੁਸੀਂ ਹੈਂਡ ਟੱਚ ਨਾਲ ਵੀ ਦੁਪੱਟਾ ਤਿਆਰ ਕਰਵਾ ਸਕਦੇ ਹੋ ਬਿਨਾ ਹੈਂਡ ਟੱਚ ਤੋਂ ਵੀ ਦੁਪੱਟਾ ਤਿਆਰ ਕਰਵਾ ਸਕਦੇ ਹੋ ਫੋਰ ਸਾਈਡ ਇਸ ਤਰ੍ਹਾਂ ਕੱਟਵਰਕ ਆ ਜੂਗਾ ਬਰੀਕ ਬਰੀਕ ਵਿੱਚ ਫੁੱਟੇ ਆ ਜੂ ਇਹ ਦੋ ਲੈਣਾ ਆ ਜਾਣੀਆਂ ਸੇਮ ਇਧਰਲੇ ਪੱਲੇ ਤੇ ਆ ਦੁਪੱਟਾ ਰੱਖਿਆ ਹੋਇਆ ਜੀ ਆਪਾਂ ਆਰਗੈਂਜਾ ਦਾ ਅੱਗੇ ਤੁਹਾਡੀ ਮਰਜ਼ੀ ਹੈ ਜੋ ਵੀ ਤੁਸੀਂ ਦੁਪੱਟਾ ਰਖਵਾਉਣਾ ਹੈ ਰਖਵਾ ਸਕਦੇ ਹੋ ਲਓ ਜੀ ਕਾਟਨ ਦਾ ਸੂਟ ਹੈ ਇਹਦੇ ਵਿੱਚ ਆਪਾਂ ਨਾ ਹੈਂਡ ਟੱਚ ਇਸ ਤਰ੍ਹਾਂ ਦਿੱਤਾ ਹੋਇਆ ਇਹ ਤੁਸੀਂ ਹੈਂਡ ਟੱਚ ਰਖਵਾ ਵੀ ਸਕਦੇ ਹੋ ਜੀ ਸਕਿਪ ਵੀ ਕਰਵਾ ਸਕਦੇ ਹੋ ਇਹ ਦਿੱਸਦਾ ਨਾ ਤੁਹਾਨੂੰ ਇਹ ਵਾਰੀ ਜਿਹੜੀ ਸਿੱਪੀ ਲੱਗੀ ਹੋਈ ਆਪਾਂ ਹੈਂਡ ਦੇ ਨਾਲ ਦਿੱਤੀ ਹੈ ਇਹਦੇ ਨਾਲ ਸੂਟ ਆ ਜਿਹੜਾ ਸੋਹਣਾ ਲੱਗਦਾ ਕਾਫੀ ਜ਼ਿਆਦਾ ਤੇ ਇਹ ਤੁਸੀਂ ਸਾਡੇ ਤੋਂ ਹਨਾ ਹੈਂਡ ਟੱਚ ਕਰਵਾ ਵੀ ਸਕਦੇ ਹੋ ਤੇ ਸਕਿੱਪ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਇੱਥੇ ਜਿਵੇਂ ਤੁਹਾਨੂੰ ਸਹੀ ਲੱਗਦਾਗਾ ਉਸ ਤਰ੍ਹਾਂ ਦੇ ਨਾਲ ਤੁਸੀਂ ਕਰਵਾ ਸਕਦੇ ਹੋ ਇਹ ਸਕਿੱਪ ਕਰਵਾ ਲਓਗੇ ਸੂਟ ਦਾ ਰੇਟ ਹੈ ਕੱਢ ਚੁਗਾ ਮਲਬਰੀ ਕਾਟਨ ਦਾ ਸੂਟ ਹੈ ਜੋ ਕਾਫੀ ਲੋਕ ਮਲਬਰੀ ਕਾਟਨ ਨੂੰ ਬਟਰ ਕਾਟਨ ਅਮਲਾਈ ਕਾਟਨ ਬਹੁਤ ਕੁਝ ਬੋਲਦੇ ਆ ਪਰ ਅਕਸਰ ਅਸਲ ਦੇ ਵਿੱਚ ਇਹਦਾ ਨਾਮ ਮਲਵਰੀ ਕਾਟਨ ਹੈ ਜਿਹੜੀ ਬਟਰ ਕਾਟਨ ਉਹ ਪ੍ਰਿੰਟਿੰਗ ਉਹ ਪ੍ਰਿੰਟ ਦੇ ਵਿੱਚ ਆਉਂਦੀ ਹੈ ਇਹ ਲੋਜੀ ਇਹ ਹੈਗਾ neck ਦਾ ਕੰਮ ਕੰਮ ਦੇਖੋ ਤੁਸੀਂ neck ਦੇ ਉੱਪਰ ਹੋਇਆ ਹੋਇਆ ਕਾਟਨ ਦਾ ਸੂਟ ਹੈ ਕਲਰ ਦੇਖੋ ਕਿੰਨਾ ਜਿਆਦਾ ਪਿਆਰਾ ਹੈ ਬੇਬੀ ਔਰੇਂਜ ਹੈ ਬਿਲਕੁਲ ਸ਼ਾਂਤ ਕਲਰ ਹੈ ਇਹ ਇਹ ਸੂਟ ਸਾਡੇ ਕੋਲ ਅਨਸਰ 'ਚ ਹੀ ਜਾਣਗੇ ਨਾਤਾ ਇਹਦੇ ਉੱਪਰ ਆਪਾਂ ਕਲਰ ਨੇ ਜਿਹੜੇ ਉਹ ਪਰਖਿੱਲੇ ਲਾਏ ਨੇ ਭੜਕ ਜਾਣਗੇ ਤੇ ਸੂਟ ਦਾ ਕਲਰ ਵੀ ਬਿਲਕੁਲ ਖੂਲ ਹੈਗਾ ਮੰਨ ਨੂੰ ਰਿਲੈਕਸ ਕਰਨ ਵਾਲਾ ਸਕੂਨਜੇ ਵਾਲਾ ਕਲਰ ਹੈ ਠੀਕ ਹੈ ਤੇ ਇਹ ਹੈਗਾ ਜੀ ਚਾਕਾਂ ਦਾ ਤੇ ਘੇਰੇ ਦਾ ਕੰਮ ਦੇਖੋ ਕਿੰਨਾ ਪਿਆਰਾ ਕੰਮ ਬਣਿਆ ਹੋਇਆ ਇਹ ਮਿਰਰ ਵਰਕ ਕਰਿਆ ਹੋਇਆ ਆਪਾਂ ਇਹਦੇ ਉੱਪਰ ਸ਼ੀਸ਼ੇ ਦਾ ਕੰਮ ਕਰਿਆ ਹੋਇਆ ਸੇਮ ਕੰਮ ਹੈ ਜਿਹੜਾ ਨੈਕ ਦੇ ਉੱਪਰ ਵੀ ਕਰਿਆ ਹੋਇਆ ਹੈ ਸ਼ੀਸ਼ੇ ਦਾ ਤੇ ਇਸ ਤਰ੍ਹਾਂ ਵੀ ਕਰਿਆ ਹੋਇਆ ਕੰਮ ਦੇਖੋ ਕਿੰਨਾ ਪਿਆਰਾ ਹੋਇਆ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਕਾਫੀ ਜਿਆਦਾ ਸੋਹਣਾ ਦੇ ਜਾਈਨ ਹੈ ਤੁਸੀਂ ਇਹ ਕਰਵਾ ਸਕਦੇ ਹੋ ਨਾਲ ਹੈਗਾ ਜੀ ਚਨੂਨ ਦਾ ਦੁਪੱਟਾ ਇਹ ਦੁਪੱਟੇ ਨੂੰ ਇਸ ਤਰ੍ਹਾਂ ਮਲਟੀ ਲੇਸ ਦਿੱਤੀ ਹੋਈ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜਿਸ ਤਰ੍ਹਾਂ ਦਾ ਜੀ ਤੁਸੀਂ ਕਹੋਗੇ ਹੈ ਨਾ ਉਸ ਤਰ੍ਹਾਂ ਦੇ ਕਲਰ ਤੇ ਆਪਾਂ ਤੁਹਾਨੂੰ ਬਣਾ ਕੇ ਦੇ ਦਾਂਗੇ ਕੋਈ ਚੱਕਰ ਵਾਲੀ ਅੱਲ ਨਹੀਂ ਹੈਗੀ ਨੈਕਸਟ ਸੂਟ ਹੈਗਾ ਜੀ ਕਾਟਨ ਦਾ ਬੜਾ ਬੜਾ ਪਿਆਰਾ ਸੂਟ ਹੈ ਇਹ ਵੀ ਆਪਾਂ ਮਲਬਰੀ ਤੇ ਬਣਾਇਆ ਇਹ ਆਪਾਂ ਬਣਾਇਆ ਹੋਇਆ ਮਹਿੰਦੀ ਕਲਰ ਤੇ ਪਹਿਲਾਂ ਆਪਾਂ ਪਿਸਤਾ ਦੇ ਬਣਾਇਆ ਸੀ ਹੁਣ ਇਹ ਮਹਿੰਦੀ ਤੇ ਬਣਾਇਆ ਬੇਬੀ ਪਿੰਕ ਤੇ ਫਰੋਜੀ ਪਾ ਕੇ ਲੋ ਜੀ ਨਾਲ ਹੈਗਾ ਚਨੂਨ ਦਾ ਡਬਲ ਸ਼ੇਡ ਦਾ ਦੁਪੱਟਾ ਐਸਾ ਇਹ ਡਬਲ ਸ਼ੇਡ ਦਿੱਤਾ ਹੋਇਆ ਚਨੂਨ ਦੇ ਦੁਪੱਟੇ ਨੂੰ ਤੇ ਹੈਗਾ ਤਾਂ ਸੂਟ ਇਸ ਤਰ੍ਹਾਂ ਇਹ ਸੂਟ ਮੇਟਾ ਰੱਖ ਲਿਆ ਇਹ ਜਿਹੜਾ ਆਪਾਂ ਕੰਮ ਕਰਿਆ ਜੀ ਥ੍ਰੈਡ ਤੇ ਬਾਦਲਾ ਦਾ ਕਰਿਆ ਇਹ ਜਿਹੜਾ ਤੁਹਾਨੂੰ ਸ਼ਾਈਨ ਵਾਲਾ ਆਪਣਾ ਕੰਮ ਦਿਸਦਾ ਇਹ ਸਾਰਾ ਬਾਦਲੇ 'ਚ ਆਪਾਂ ਜ਼ਰੀ ਨਹੀਂ ਲਾਈ ਬਾਦਲਾ ਦਾ ਕੰਮ ਕਰਿਆ ਹੋਇਆ ਬਾਦਲੇ ਦਾ ਤੁਹਾਨੂੰ ਪਤਾ ਹੀ ਹੋਊਗਾ ਹੈਨਾ ਬਾਦਲਾ ਕੀ ਚੀਜ਼ ਹੁੰਦੀ ਹੈ ਬਹੁਤ ਬਰੀਕ ਹੁੰਦਾ ਬਾਦਲਾ ਇਹ ਵੀ ਸੂਟ ਹੈਗਾ ਜੀ ਆਪਣਾ ਕਾਟਨ ਦਾ ਇਹਦੇ ਵਿੱਚ ਪੰਜ ਛੇ ਕਲਰ ਹੈਗੇ ਨੇ ਤੇ ਇਹਦੇ ਵਿੱਚ ਜਿਹੜੇ ਆਹ ਵਾਲਾ ਮਲਬਰੀ ਕਾਟਨ ਦੇ ਮੈਂ ਤੁਹਾਨੂੰ ਦਿਖਾਈ ਨੇ ਸੂਟ ਇਹਦੇ ਵਿੱਚ ਜਿੰਨੇ ਤੁਸੀਂ ਕਲਰ ਕਹੋਗੇ ਉਨੇ ਮਿਲ ਜਾਣਗੇ ਤੁਸੀਂ ਸਿਰਫ ਰੰਗ ਭੇਜਣਾ ਪਲੀ ਤੁਸੀਂ ਮੈਨੂੰ ਐਵੇਂ ਨਾ ਲਿਖਿਓ ਜੀ ਇਹਦੇ ਕਲਰ ਭੇਜ ਦਿਓ ਤੁਸੀਂ ਮੈਨੂੰ ਕਲਰ ਭੇਜੋਗੇ ਠੀਕ ਹੈ ਵੀ ਇਹ ਇਹਦੇ ਇਹ ਕਲਰ ਤੇ ਬਣਾ ਦਿਓ ਠੀਕ ਹੈ ਉਹਦੇ ਨਾਲ ਮਿਲਦਾ ਜੁਲਦਾ 1921 ਦਾ ਹੋ ਸਕਦਾ ਪਰ ਮਿਲਦਾ ਜੁਲਦਾ ਕਲਰ ਤੁਹਾਨੂੰ ਜਰੂਰ ਮਿਲ ਜੂਗੇ ਕਿਉਂਕਿ ਕਾਫੀ ਕਲਰ ਨੇ ਇਹਦੇ ਵਿੱਚ ਸਾਰਾ ਆਈਸਕ੍ਰੀਮ ਚਾਰਟ ਹੈ ਲੈਮਨ ਕਲਰ ਹੈਗਾ ਬੇਬੀ ਪਿੰਕਾ ਕਲਰ ਹੈ ਇਹ ਕੀ ਹੈਗਾ ਜੀ ਆਪਣਾ ਸੀ ਗ੍ਰੀਨ ਹੈ ਇੱਕ ਫਰੋਜ਼ੀ ਇਹਦੇ ਵਿੱਚ ਇਹ ਕਲਰ ਨੇ ਇੱਕ ਲਵੈਂਡਰ ਹੈ ਇਹਦੇ ਵਿੱਚ ਲੋ ਜੀ ਇਹ ਇਸ ਤਰ੍ਹਾਂ ਦਾ ਹੈ ਘੇਰ ਦਾ ਕੰਮ ਆ ਗਿਆ ਇਹ ਉੱਪਰ ਨੂੰ ਪੈਚ ਲੱਗਿਆ ਹੋਇਆ ਦੇਖੋ ਜੀ ਬੂਟਾ ਦਿਖਾ ਮੈਂ ਤੁਹਾਨੂੰ ਇਹ ਦੇਖੋ ਬਿਲਕੁਲ ਲੱਗਦਾ ਨਾ ਜਿਸ ਤਰ੍ਹਾਂ ਪੇਂਟ ਕਰਿਆ ਹੁੰਦਾ ਬਹੁਤ ਜ਼ਿਆਦਾ ਸੋਹਣਾ ਕੰਮ ਕਰਿਆ ਹੋਇਆ ਸਾਰਾ ਥ੍ਰੈਡ ਦਾ ਕੰਮ ਹੈ ਇਹ ਤੇ ਛੇੜ ਪਾਈ ਹੋਈ ਨੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਲੋ ਜੀ

ਤਿੰਨ ਮਸ਼ੀਨਾਂ ਤੋਂ ਸੂਟ ਉੱਤਰਦਾ ਇਹ ਜਿਹੜੀਆਂ ਇਹ ਵਾਲੀ ਲਾਈਨਿੰਗ ਹੈ ਜੀ ਇਹ ਹੈ ਨਾ 골ਡਨ ਕਲਰ ਹੈ ਇਹ ਇਹ ਆਪਾਰੀਚ ਬਣਾਇਆ ਇਹ ਵਾਲਾ ਜਿਹੜਾ ਲਾਈਟ ਦਿਸਦਾ ਇਹ ਬਾਦਲੇਗਾ ਬਾਕੀ ਥ੍ਰੈਡ ਦਾ ਕੰਮ ਮਸ਼ੀਨ 'ਚ ਕਰਿਆ ਹੋਇਆ ਦੇਖੋ ਬਾਦਲੀ ਦੀ ਨਾ ਸ਼ਾਈਨੀ ਅਲੱਗ ਹੁੰਦੀ ਆ ਇਸ ਤਰ੍ਹਾਂ ਦਾ ਇਹ ਉੱਪਰ ਨੂੰ ਜਾਊਗਾ ਇਹ ਘੇਰ ਦਾ ਕੰਮ ਆ ਗਿਆ ਸੂਟ ਦੇਖੋ ਕਿੰਨਾ ਪਿਆਰਾ ਬੇਬੀ ਪਿੰਕ ਕਲਰ ਦਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਕੰਮ ਹੈ ਸ਼ਾਨਦਾਰ ਤੁਸੀਂ ਜਿਸ ਤਰ੍ਹਾਂ ਕੋਈ ਗਰਮੀ ਦੇ ਵਿੱਚ ਹੈ ਨਾ ਕੋਈ ਪ੍ਰੋਗਰਾਮ ਆਉਂਦਾ ਤੁਸੀਂ ਪਹਿਨ ਸਕਦੇ ਹੋ ਜੀ ਮਸਲੀਨ ਦੇ ਉੱਪਰ ਕਰਿਆ ਹੋਇਆ ਬੇਬੀ ਪਿੰਕ ਮਸਲੀਨ ਠੀਕ ਹੈ ਜੀ ਇਹ ਹੈਗਾ ਬਾਹ ਦਾ ਕੰਮ ਬਹੁਤ ਪਿਆਰਾ ਕੰਮ ਹੈ ਜਿਹੜਾ ਬਾਹ ਦੇ ਉੱਪਰ ਕਰਿਆ ਹੋਇਆ ਹੈ ਸੇਮ ਦੇਖੋ ਕਿੰਨਾ ਜਿਆਦਾ ਸੋਹਣਾ ਕੰਮ ਕਰਿਆ ਹੋਇਆ ਨਾਰੀਅਕਾ ਜੀ ਆਰਗੈਂਜਾ ਦਾ ਦੁਪੱਟਾ ਤਾਈ ਡਾਈ ਕਰਿਆ ਹੋਇਆ ਹੈਨਾ ਦੁਪੱਟਾ ਰੱਖਿਆ ਹੋਰ ਜਾਂ ਜਦਾ ਤੈਨੂੰ ਟਾਈ ਡਾਈ ਕਰਿਆ ਸੂਟ ਦੀ ਗ੍ਰੇਸ ਬੰਦੀ ਹੈ ਬਾਕੀ ਬਹੁਤ ਜਿਆਦਾ ਸੋਹਣਾ ਲੱਗਦਾ ਦੁਪੱਟੇ ਨਾਲ ਹੋਰ ਵੀ ਗ੍ਰੇਸ ਬਣੂਗੀ ਹੈਨਾ ਇਹ ਦੁਪੱਟਾ ਵੀਅਰ ਕਰ ਲਿਆ ਲੋ ਜੀ ਇਹ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਇੱਥੇ ਆਪਣਾ ਨੈਕ ਡਿਜ਼ਾਈਨ ਬਣੂਗਾ ਵਰਕਰ ਦਾ ਕੰਮ ਉੱਪਰ ਜਿਆਦਾ ਹੀ ਲੱਗਿਆ ਇੱਥੇ ਬਣੂਗਾ ਤਾਂ ਕੱਟਿਆ ਜਾਊਗਾ ਵਿੱਚ ਇੱਥੇ ਨੈਕ ਡਿਜ਼ਾਈਨ ਬਣ ਜਾਊਗਾ ਆਪਣਾ ਮੋਢਿਆਂ ਨੂੰ ਚਲੀਆਂ ਜਾਣੀ ਹੈ ਲਾਈਨਾਂ ਕਾਫੀ ਜਿਆਦਾ ਸੋਹਣਾ ਸੂਟ ਹੈ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਹੈ ਮੈਨੂੰ ਬਹੁਤ ਜਿਆਦਾ ਪਸੰਦ ਆ ਇਹ ਡਿਜ਼ਾਈਨ ਇਹ ਸੂਟ ਇਹਦੀ ਮੈਂ ਪਿੱਛੇ ਵੀਡੀਓ ਬਣਾਈ ਸੀ ਪ੍ਰਿੰਟਡ ਸੂਟਾਂ ਦੀ ਉਹਦੇ ਉੱਪਰ ਆਪਾਂ ਵਰਕ ਕਰਵਾਇਆ ਇਹ ਸੂਟ ਤਾਂ ਬਣੇ ਤੋਂ ਸੋਹਣੇ ਲੱਗਦੇ ਨੇ ਜੋ ਸਲਾਈ ਹੋ ਗਈ ਆਪਾਂ ਦੁਬਾਰਾ ਵੀਡੀਓ ਬਣਾਵਾਂਗੇ ਸਲਾਈ ਇਹਨਾਂ ਦੇ ਸੂਟ ਕਾਫੀ ਨੇ ਕਸਟਮਰ ਦੇ 10 12 ਸੂਟ ਨੇ ਇਹਨਾਂ ਦੇ ਬਾਰੇ ਹੁੰਦਾ ਕਿੰਨੇ ਵੀ ਹੋਈ ਆਪਾਂ ਪਿੱਛੇ ਵੀਡੀਓ ਬਣਾਵਾਂਗੇ ਸਾਰਿਆਂ ਦੀ ਇਕੱਠੀ ਇਹ ਘੇਰ ਦਾ ਕੰਮ ਆ ਗਿਆ ਤੇ ਪਹਿਲਾਂ ਡਬਲ ਕੱਟ ਵਰਕ ਆਊਗਾ ਥੋੜੀ ਜਿਹੀ ਸਪੇਸ ਹੈ ਫਿਰ ਇਹ ਪੈਚ ਲੱਗ ਕੇ ਦੇ ਉੱਪਰ ਵਰਕ ਹੋਇਆ ਹੋਇਆ ਤੇ ਇਧਰਲੀ ਸਾਈਡ ਘੇਰ ਦੇ ਉੱਪਰ ਇਹ ਫੁੱਲਾ ਆ ਗਿਆ ਜੀ ਸ਼ੀਟ ਦਾ ਆਪਾ ਖੁੱਲ ਪਾਇਆ ਇਧਰ ਹਿੱਪ ਕੁਲੇ ਆ ਗਿਆ ਸੇਮ ਫੁੱਲ ਹੈ ਜਿਹੜਾ ਇਹ ਵਾਲਾ ਬਾਹਾਂ ਦੇ ਉੱਪਰ ਆ ਜਾਊਗਾ ਤੇ ਬਹੁਤ ਸੋਹਣਾ ਕੱਪੜਾ ਇਹ ਹੰਡਨ ਦੇ ਵਿੱਚ ਵੀ ਵਧੀਆ ਇਹ ਤੇ ਮੈਨੂੰ ਪਾਉਂਦੀ ਨੂੰ ਹੋ ਗਏ ਲਗਾਤਾਰ ਦੋ ਟਾਈ ਮਹੀਨੇ ਤੋਂ ਮੈਂ ਪਾ ਰਹੀ ਹਾਂ ਪਤਾ ਨਹੀਂ ਆਣਗੇ ਇਹਨੂੰ ਤੇ ਕਿੰਨੇ ਕ ਧੋ ਪਾ ਦਿੱਤੇ ਨੇ ਸਭ ਤੋਂ ਪਹਿਲਾਂ ਮੈਂ ਜੱਟਤੀ ਕਰ ਵਿੱਚ ਸਲਾ ਲਿਆ ਸੀ ਬਹੁਤ ਵਧੀਆ ਲਾਈਨਿੰਗ ਤਾਂ ਲੱਗੂਗੀ ਪਰ ਸੋਹਣਾ ਜ਼ਰੂਰ ਹੈ ਬਹੁਤ ਸੋਹਣਾ ਇਹ ਤੇ ਨਾਲ ਸਲਵਾਰ ਰੱਖੀ ਹੋਈ ਹੈ ਜੀ ਆਪਾਂ ਇਹਦੇ ਨਾਲ ਸਲਵਾਰ ਹੈਗੀ ਆਪਣੀ ਇਹ ਮਲਬਰੀ ਦੀ ਮਲਬਰੀ ਕਾਟਨ ਦੀ ਨਾਲ ਸਲਵਾਰ ਹੈ ਕਾਫੀ ਜਿਆਦਾ ਸੋਹਣਾ ਬ੍ਰਾਂਡਡ ਇਹ ਸੂਟ ਹੈ ਤੇ ਟਰਾਈ ਕਰਨ ਦੇ ਨਾਲ ਹੋਵੇ ਚਾਰ ਚੰਨ ਲੱਗ ਗਏ ਨੇ ਤੇ ਨਾਲ ਇਸ ਤਰ੍ਹਾਂ ਪੈ ਨੂੰ ਸੂਟ ਨਾਲ ਦਾ ਸਲਵਾਰ ਨਾਲ ਦਾ ਦੁਪੱਟਾ ਕਰਕੇ ਜਾਂ ਟਾਈ ਡਾਈ ਦੁਪੱਟਾ ਕਰ ਲਾਂਗੇ ਦੇਖ ਲਾਂਗੇ ਜੇ ਜਦੋਂ ਵੀ ਸੂਟ ਬਣ ਕੇ ਆ ਗਿਆ ਸਲਾਈ ਹੋ ਕੇ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇਹਦੇ প্রিনਟਡ ਸੂਟਾਂ ਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਤੁਸੀਂ ਉਹ ਵੀਡੀਓ ਸਰਚ ਕਰਕੇ ਦੇਖ ਲਿਓ ਉਹਦੇ ਵਿੱਚੋਂ ਕਿਸੇ ਵੀ ਸੂਟ ਦੇ ਤੁਸੀਂ ਹੈਨਾ ਸਾਡੇ ਤੋਂ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਜੀ ਕਾਟਨ ਦੇ ਸੂਟ ਆਪਣੇ ਕੋਲੇ ਹੈਗੇ ਨੇ ਪ੍ਰਿੰਟ ਦੇ ਵਿੱਚ ਤੇ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਾਫੀ ਕਸਟਮਰ ਕਹਿੰਦੇ ਨੇ ਜੀ 500 ਵਾਲਾ ਦਿਖਾਓ 700 ਵਾਲਾ ਦਿਖਾਓ ਆਪਾਂ ਉਹ ਕਪੜਾ ਨਹੀਂ ਰੱਖਦੇ ਜੀ ਤੇ ਆਪਣੇ ਪਹਿਲਾਂ ਤਾਂ ਕਪੜਾ ਸਭ ਤੋਂ ਵਧੀਆ ਆਪਾਂ ਕੁਆਲਿਟੀ ਦੇ ਲੈਨੇ ਉਸ ਵਾਰ ਵਰਕ ਹੋ ਗਿਆ ਦੁਪੱਟਾ ਹੋ ਗਿਆ ਹਨਾ ਥੋੜਾ ਸੂਟ ਦਾ ਰੇਟ ਚੱਲਾ ਤਾਂ ਉੱਪਰ ਜਾਂਦਾ ਤੇ ਮੈਂ ਤੁਹਾਨੂੰ ਇੱਕ ਗੱਲ ਫੇਰ ਵੀ ਇਹੀ ਕਹਿਣਾ ਚਾਹੂੰਗੀ ਪਹਿਣਾ ਨੂੰ ਤੇ ਵੀ ਜੇ ਤੁਹਾਨੂੰ ਤੁਸੀਂ 500 ਵਾਲਾ 700 ਵਾਲਾ ਲੈਣਾ ਤੁਸੀਂ ਸ਼ਹਿਰ ਤੋਂ ਲੋ ਜੀ ਤੁਹਾਨੂੰ ਸਸਤਾ ਪੈ ਜਾਊਗਾ ਠੀਕ ਹੈ ਤੇ ਤੁਹਾਨੂੰ ਜਿਹੜਾ ਬੁਟੀਕ ਵਾਲਿਆਂ ਦਾ ਮਾਰਜਨ ਆ ਉਹ ਘੱਟ ਪੈ ਜਾਊਗਾ ਤੁਸੀਂ ਸ਼ਹਿਰ ਚੋਂ ਜਾ ਕੇ ਲੈ ਸਕਦੇ ਹੋ ਬੁਟੀਕ ਵਾਲੀ ਸੂਟਾਂ ਦਾ ਮਤਲਬ ਵੀ ਇਹ ਹੁੰਦਾ ਵੀ ਆਪਾਂ ਸੋਹਣੇ ਸੋਹਣੇ ਆਪਣੇ ਪਸੰਦ ਦੇ ਰਤਪਾਂ ਤਿਆਰ ਕਰਵਾ ਸਕਦੇ ਆ ਹਨ ਤੇ ਵਧੀਆ ਕਪੜਾ ਲੈ ਸਕਦੇ ਆ ਬਾਕੀ ਜਿਹੜੇ ਹੁਣ 500 700 ਵਾਲੇ ਉਹ ਆਪਣੇ ਪਿੰਡਾਂ ਦੇ ਵਿੱਚ ਵੀ ਸ਼ਾਪ ਖੁੱਲੀਆਂ ਹੋਈਆਂ ਨੇ ਉੱਥੇ ਬਾਧੂ ਪਏ ਨੇ ਢੇਰ ਲੱਗੇ ਪਏ ਹੁੰਦੇ ਨੇ 500 ਦੇ 700 ਦੇ ਜਿੰਨੇ ਮਰਜ਼ੀ ਤੁਸੀਂ ਚੱਕ ਸਕਦੇ ਹੋਗੇ ਉਹਦੇ ਲਈ ਸਭ ਤੁਹਾਨੂੰ ਸਾਡੇ ਤੱਕ ਪਹੁੰਚਣ ਦੀ ਲੋੜ ਨਹੀਂ ਹੈਗੀ ਉਹ ਤਾਂ ਬਾਧੂ ਆਪਣੇ ਪਿੰਡੇ 'ਚ ਦੁਕਾਨਾਂ ਹੁੰਦੀਆਂ ਨੇ ਨਾ ਉੱਥੇ ਵੀ ਮਿਲ ਜਾਣਗੇ ਤੁਹਾਨੂੰ ਸ਼ਹਿਰ ਦੇ ਵਿੱਚ ਛੋਟੀ ਤੋਂ ਛੋਟੀ ਦੁਕਾਨ ਤੇ ਉਹ ਤੁਹਾਨੂੰ ਸੂਟ ਮਿਲ ਜਾਣਗੇ ਠੀਕ ਹੈ ਤੇ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਤਾਂ ਇੱਥੇ ਕਰਦੇ ਆਂ ਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਫਿਰ ਨਵੀਂ ਵੀਡੀਓ ਨਾਲ ਮਿਲਦੇ ਆਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ